ਹੋਣੀ ਆ ਭਰਾ ਆਪਣੇ ਘੈਂਟ ਜੀ ਕਰਦੇ ਚੰਗਾ ਕੋਈ ਚੱਕਰ ਹੀ ਨਾ ਮਾ ਤੂੰ ਤਗੜਾ ਆ ਪੋਜ ਮਾਰਨਾ ਯਾਰ ਫੁੱਦੂ ਇਹ ਮਰੀ ਜਾਂਦਾ ਆਏ ਫੋਟੋ ਦੇਖ ਤੂੰ ਕਿੰਨੀ ਸਿਰਾ ਹੀ ਸਿਰਾ ਓਏ ਹਾਏ ਆ ਤਾਂ ਫਲਰ ਜੀ ਹੋ ਗਏ ਤੂੰ रिंकू का मांके लेके गया बुलट कहना ती घंटे च आजूगा ना ते वीरे उहदे तेल पवाया हथ तक तू नहीं आया बेचारा जान के उड़ीकी गया पिछली लाइट बनती थी यार वो भी नहीं दबा भाई शर्म कर भरावा भाई यार ओदा मुलाबी जी माड़ी मोटी दे दे फिर की हुंदा यार भाई गल सुन रब देता छोटे सारा कुछ तेरा पियो आई बार जमीन ले लंदा हर साल जमीन एक अदा लवे वाले दा ओदी ले लेनो किसे दा गरीब दा ਤੁਸੀਂ ਇੱਧਰ ਵੀ ਰੁਪਏ ਲਾ ਲਓ ਯਾਰ ਬੁਲਟ ਲੋਕਾਂ ਤੋਂ ਮੰਗਦਾ ਓਏ ਤੂੰ ਮੇਰੀ ਗੱਲ ਸੁਣ ਤਾਂ ਦੇ ਪਿਆ ਉਹਦੇ ਜਾ ਕੇ ਖੇੜੇ ਪੈ ਇੰਨੇ ਰੁਪਏ ਯਾਰ ਇੱਕ ਦੇ ਕਰਕੇ ਲੈ ਗਏ ਜਾਣੇ ਨੇ ਭਾਈ ਚਲੋ ਸ਼ਰਮ ਨਹੀਂ ਆਉਂਦੀ ਮੰਗਣ ਲੱਗੇ ਨੂੰ ਯਾਰ ਇੱਕ ਗੱਲ ਆ ਜੇ ਸ਼ਰਮ ਆਉਂਦੀ ਤਾਂ ਦੱਸ ਓ ਭਾਈ ਆ ਬੇਇੱਜ਼ਤੀ ਦਾ ਨਾ ਕਰੋ ਨਹੀਂ ਦੇਣਾ ਸੁੱਤਾ ਬੇਇੱਜ਼ਤੀ ਕਹਿੰਦਾ ਰਿਸ਼ਤੇ ਨਾ ਰੱਖਿਆ ਬਾਕਸਰ ਭਰਾਵਾ ਤੂੰ ਤਾਂ ਨਾ ਗੱਡੀਆਂ ਚ ਘੁੰਮੇ ਸੈਂਟੀ ਜਿਹੜੇ ਸਾਹ ਤੇ ਤੇਰੇ ਵਿੱਚ ਜ਼ਮੀਨ ਆ ਹੈ ਮੋਟਰਸਾਈਕਲ ਦੇਖ ਬਾਕਸਰ ਉਹ ਮਰਜ਼ੀ ਨਹੀਂ ਯਾਰ ਤੈਨੂੰ ਕਿੰਨੇ ਵਾਰ ਦਿੱਤਾ ਤੂੰ ਆਪ ਹੀ ਦੱਸ ਦੇ ਜੇ ਇੱਕ ਵਾਰ ਤੈਨੂੰ ਜਵਾਬ ਦਿੱਤਾ ਤੂੰ ਐ ਕਰਨ ਲੱਗ ਗਿਆ घूरी ने जाया कर सेंटी नू तेन पता ही अज कल मुंडिया का गुस्सा बहुत भैड़ा गा चलो घूर भी आपकी थां बच्चे की खुशी भी देखनी चाहिए दरवाजे मेरी इन बेइज्जती की मुंडिया ने बेइज्जती करने झंडे झूलते रहे ਝੰਡਿਆਂ ਦੀ ਗੱਲ ਨਹੀਂ ਹੈਗੀ ਨਾ ਸਾਰਾ ਕੁਝ ਉਹ ਕਹਿੰਦੇ ਸਰਦਾ ਵਰਦਾ ਹੈਗਾ ਤੇਰਾ ਬੁੜਾ ਤੈਨੂੰ ਫੇਰ ਨਹੀਂ ਕੁਝ ਦਵਾਉਂਦਾ ਹੈਗਾ ਦਵਾਉਣ ਨੂੰ ਤੈਨੂੰ ਕਿਹੜੀ ਚੀਜ਼ ਨੂੰ ਜਵਾਬ ਦਿੱਤਾ ਹੋਇਆ ਇਸਨੇ ਮੈਂ ਉਹਨਾਂ ਨੂੰ ਕਿਹਾ ਮੇਰਾ ਮੋਟਰਸਾਈਕਲ ਲੈ ਜਾਓ ਤੁਸੀਂ ਮੈਂ ਮੈਨੂੰ ਆਪਦੇ ਵਾਲਾ ਦੇ ਜਾਓ ਮੈਨੂੰ ਕੰਮ ਆਗਾ ਉਹਨਾਂ ਨੇ ਦਿੱਤੀ ਨਹੀਂ ਹੈਗਾ ਕਹਿੰਦੇ ਸੁੱਟ ਦੇ ਦਿਓ ਸਾਰਾ ਕੁਝ ਸਰਦਾ ਵਰਦਾ ਹੈਗਾ ਤੂੰ ਆਪਦੇ ਬੜੇ ਤੋਂ ਮੰਗ ਕਹਿੰਦਾ ਇਹ ਜਿਹਾ ਬਸ਼ਰਮ ਤੂੰ ਆ ਮੇਰਾ ਸਾਰਾ ਚੰਗਾ ਭਲਾ ਹੈਗਾ ਤੂੰ ਲੋਕਾਂ ਦੀਆਂ ਚੀਜ਼ਾਂ ਕਿਉਂ ਮੰਗਦਾ ਹੈਗਾ ਉਹ ਜਦੋਂ ਮੈਂ ਬਾਪੂ ਉੱਥੇ ਕਾਲਜ ਜਾਂਦਾਗਾ ਮੇਰੇ ਨਾਲ ਦੇ ਟੀਚਰਾਂ ਕਰਦੇ ਨੇ ਵੀ ਆ ਹੈਗਾ ਟੁੱਟੀ ਜੀ ਗੜੀ ਲੈ ਕੇ ਉਹ ਹੱਥ ਕਰਦਾ ਯਾਰ ਤੇਰੀ ਉਮਰ ਚ ਸਾਨੂੰ ਕੋਈ ਸਾਈਕਲ ਨਹੀਂ ਦਿੰਦਾ ਤੈਨੂੰ ਮੋਟਰਸਾਈਕਲ ਦਵਾ ਰੱਖਿਆ ਜੀ ਨੇ ਓਏ ਬਾਪੂ ਉਦੋਂ ਜਮਾਨਾ ਹੋਰ ਸੀ ਹੁਣ ਜਮਾਨਾ ਹੋਰ ਆਗਾ ਸਾਲਾ ਬਣਿਆ ਜਮਾਨੇ ਦਾ ਤੂੰ ਚਾਹਣਾ ਕੀ ਐ ਮੈਂ ਤਾਂ ਇੱਕ ਗੱਲ ਕਹਿਣਾ ਵੀ ਮੈਨੂੰ ਮੋਟਰਸਾਈਕਲ ਦਵਾਏਗਾ ਹਾਂ ਜਾਂ ਨਾ ਇਹਨੂੰ ਕੀ ਹੋਇਆ ਓ ਯਾਰ ਬੋਲਟ ਲੈਣਾ ਤਾਂ ਅੱਜ ਕੱਲ ਗੱਡੀ ਮਾਰ ਚੱਕੀ ਫਿਰਦੇ ਨੇ ਉਹਨਾਂ ਨੇ ਵੀ ਵਧੀਆ ਡਿਸਕਵਰ ਰੱਖਦੇ ਨੇ ਕਾਵਾਸਾਕੀ ਦਵਾ ਦਤਾ ਮੈਂ ਆਪਦੀ ਲਗਾਤੀ ਤੇ ਆਪਦੀ ਓ ਤੈਨੂੰ ਦਾਜ ਮਿਲ ਗਈ ਤੈਂ ਵੀ ਤਾਂ ਲਗਾਤੀ ਨਹੀਂ ਤਾਂ ਤੈਨੂੰ ਸਾਈਕਲ ਨਹੀਂ ਜੁੜਨਾ ਸੀ ਫਿਰ ਤੈਨੂੰ ਉਹੀ ਤਾਂ ਗੱਲ ਦੇਖ ਲਾ ਮੈਂ ਤੈਨੂੰ ਉਹੀ ਕਹਿਣਾ ਪੁੱਤ ਮੇਰਿਆ ਮੈਨੂੰ ਸਾਈਕਲ ਨਹੀਂ ਜੁੜਦਾ ਤੈਨੂੰ ਮੋਟਰਸਾਈਕਲ ਦੇ ਰੱਖਿਆ ਓ ਯਾਰ ਬਾਪੂ ਸਾਰਾ ਕੁਝ ਸਰਦਾ ਵਰਦਾ ਤਾਂ ਹੈਗਾ ਕਰੇ ਤੂੰ ਫੇਰ ਨਹੀਂ ਦਵਾਉਂਦਾ ਹੈਗਾ ਮੈਨੂੰ ਜੱਜੇ ਸਰਦਾ ਵਰਦਾ ਹੈਗਾਗਾ ਫਿਰ ਆਪਾਂ ਇਹਦਾ ਮਤਲਬ ਫੂਕ ਦਈਏ ਸਾਰੀ ਮਹਾ ਬਣਾਈਏਗੀ ਮੈਨੂੰ ਬੋਲਟ ਦਵਾਏਗਾ ਹਾਂ ਜਾਂ ਨਾ ਦੱਸ ਦੇ ਇੱਕ ਬੋਲਟ ਬਾਟ ਦਵਾਉਣ ਨੂੰ ਮੇਰੇ ਕੋਲ ਕੱਖ ਨਹੀਂ ਹੈਗਾ ਵੀ ਮਾਰਾ ਕੋਠੇ ਤੋਂ ਚੜ ਕੇ ਛਾਲ ਮਾਰੂ ਜਾਂ ਭਾਜਾ ਉੱਪਰਲੇ ਤੋਂ ਮਾਰੀ ਨਾਲੇ ਥੱਲੇ ਤੋਂ ਮਾਰੀ ਤੇ ਲੱਤ ਤੋੜ ਦੇ ਸਾਡੇ ਗਲ ਪਏਗਾ ਤੂੰ ਬਾਹਾਂ ਕੋਠੇ ਤੋਂ ਚੜ ਕੇ ਮਾਰੂ ਮੇਰੇ ਕੋਡਾਂ 'ਚ ਹਜੇ ਵੀ ਜਾਨ ਬਥੇਰੀ ਆ ਬਥੇਰੇ ਬਣਾਉਂ ਮੈਂ ਤੇਰੇ ਵਰਗੇ ਕਾਲੀ ਕੰਦੀ ਲਾਲ चल कोई ना मिल जूंगा मेरा पुत गुस्सा नहीं करता हर कुछ खा पी के आ गुस्सा तो कदे मोटरसाइकिल
ਇੱਕ ਤਾਂ ਥੋੜੀ ਰੱਬ ਦੀ ਸਮਝ ਨਹੀਂ ਆਉਂਦੀ ਸਮੇਂ ਵਜ੍ਹਾ ਠੰਡ ਲੱਗਦੀ ਹੈ ਧੁੱਪੇ ਵਜ੍ਹਾ ਗਰਮੀ ਲੱਗਦੀ ਹੈ ਰੋਟੀ ਲਿਆਵੇ ਤੂੰ ਦੋ ਘੰਟੇ ਹੋ ਗਏ ਗਏ ਨੂੰ ਰੋਟੀ ਤਾਂ ਮੈਂ ਤੈਨੂੰ ਮਾਗਰੋਂ ਬਣਾਉਂ ਨਾ ਮੈਨੂੰ ਇੱਕ ਗੱਲ ਤਾਂ ਭੇਜ ਦਿਆਂ ਕੀ ਗੱਲ ਤੂੰ ਮੁੰਡੇ ਦੇ ਮਾਗਰ ਪੈ ਰਿਹਾ ਜਾਣ ਲੈਣੀ ਹੈ ਮੁੰਡਿਆਂ ਦੀ ਹੈ ਨਾ ਤੈਨੂੰ ਪਤਾ ਜਮਾਨਾ ਕਹੇ ਜਾਗਾ ਉਹ ਇਹਨੇ ਗੱਭਰੂ ਦੀ ਪੁੱਤਰ ਨੂੰ ਤਾਂ ਘੋਰੀ ਦਾ ਹੁੰਦਾ ਮੋਟਰਸਾਈਕਲ ਦੀ ਕਿੱਡੀ ਕੁ ਗੱਲ ਆ ਗਈ ਲੈ ਦੇਖਾ ਤੂੰ ਆ ਗਿਆ ਟੋਬੇ ਦਾ ਗਵਾ ਡੱਡੂ ਟੋਬੇ ਦਾ ਗਵਾ ਡੱਡੂ ਮੈਨੂੰ ਨੀ ਪਤਾ ਮੇਰੇ ਪੁੱਤ ਦੀ ਰੀਝ ਪੂਰੀ ਹੋਣੀ ਚਾਹੀਦੀ ਆ ਨਾ ਰੀਝ ਪੂਰੀ ਹੋਣ ਨੂੰ ਮੈਂ ਫਿਰ ਆਪਦੀ ਸਾਰੀ ਜ਼ਮੀਨ ਵੇਚਦਾ ਪਤਾ ਕਿਵੇਂ ਬਣਾਈ ਹੈਗੀ ਜਵਾਕਾਂ ਵਾਸਤੇ ਹੀ ਇਹ ਸਾਰਾ ਕੁਛ ਰੱਬ ਨਾ ਕਰੇ ਜੇ ਕੁਛ ਖਾ ਪੀ ਕੇ ਮਰ ਗਿਆ ਫਿਰ ਜ਼ਮੀਨ ਦੱਸ ਕੇ ਤੇ ਕਰਨੀ ਹੈਗੀ ਕੋਈ ਗੱਲ ਨੀ ਮਰਦਾ ਮਰ ਜਾਣ ਦੇ ਨਾ ਨਾ ਇਹ ਕੋਈ ਗੱਲ ਨੀ ਬਸ ਮੇਰੀ ਵੀ ਹਿੰਡ ਆ ਗਈ ਹੁਣ ਮੇਰੇ ਪੁੱਤ ਨੂੰ ਮੋਟਰਸਾਈਕਲ ਚਾਹੀਦਾ ਹੀ ਚਾਹੀਦਾ ਹਾਂ ਮੇਰਾ ਤਾਂ ਦੇਖ ਲੈ ਅੱਧੀ ਲੰਘ ਗਈ ਮੇਰੀ ਤਾਂ ਠੀਕ ਹੈ ਮੈਨੂੰ ਤਾਂ ਕੋਈ ਉਹ ਨਹੀਂ ਹੈਗਾ ਹੋਊਗਾ ਤੇਰਾ ਪੁੱਤ ਹੀ ਔਖਾ ਹੋਊਗਾ ਤੂੰ ਔਖੀ ਹੋਏਗੀ ਕਰ ਲਓ ਮਰਜ਼ੀਆਂ ਮੈਂ ਤਾਂ ਦੇ ਦੂੰ ਲੈ ਕਿਸੇ ਨੇ ਸਾਂਭ ਬਣਾਣੀ ਪੁੱਤ ਤੋਂ ਬਿਨਾ ਹਾਂ ਤੈਨੂੰ ਗੱਲਾਂ ਦੱਸਾਂ ਮੈਂ ਇੱਕ ਉਹ ਦੱਸਦਾ ਉਹਦਾ ਮੂੰਹ ਸਾਂਭ ਹੀ ਖੜਾ ਉਹ ਮੈਨੂੰ ਲੱਗਦਾ ਮੈਨੂੰ ਊਨਾ ਬਰੁੱਖਾਂ ਜਾਣਾ ਪੈ ਜੇ ਬਿਰਧ ਆਸ਼ਰਮ ਚ ਦੇਖ ਫਿਰ ਐਂ ਕੀ ਹੁੰਦਾ ਦੇਖ ਲਾਦ ਫਿਰ ਕੀ ਆ ਦੇਖ ਤੂੰ ਮੇਰੀ ਤਾਂ ਮੰਨਣਾ ਚ ਪੁੱਤ ਦੀ ਨਹੀਂ ਮੰਨਣੀ ਹੈਗੀ ਅੱਗੇ ਦੇਖ ਲੈ ਕਦੇ ਨਹੀਂ ਤੂੰ ਮੇਰਾ ਕਹਿਣਾ ਮੋੜਿਆ ਸੈਂਟੀ ਦੇ ਬਾਪੂ ਜਿੱਥੇ ਇੰਨੇ ਹਰਜ ਮਰਜ ਚੱਲੀ ਜਾਂਦਾ ਉੱਥੇ ਹੋਰ ਚੱਲ ਲੈ ਤੂੰ ਦੱਸਦੀ ਗੱਲ ਮੈਂ ਤਾਂ ਲੈ ਦਿੰਦਾ ਕਰ ਲਓ ਮਰਜ਼ੀ ਆ ਬਸ ਠੀਕ ਲੈ ਦੇਗਾ ਮੈਂ ਤਾਂ ਲੈ ਬਸ ਹੁਣ ਵੀ ਤੇਰੇ ਵਾਸਤੇ ਰੋਟੀ ਲਿਆਉਣੀ ਆ ਹਾਂ ਤੂੰ ਤਾਂ ਮੇਰਾ ਦਿਲ ਜਿੱਤ ਲੈ ਸੈਂਟੀ ਦੇ ਬਾਪੂ ਇੰਨੀ ਗੱਲ ਰਹਿਣ ਦੇ ਖਵਾਤੀ ਤੇ ਤਾਂ ਰੋਟੀ ਮੈਨੂੰ ਬਸ ਬਹਿ ਜਾ ਮੈਂ ਲਿਆਉਣੀ ਰੋਟੀ कपड़े पाला ना के ਤੇ ਹੁਣੀ ਚੱਲ ਤੇਰੇ ਪਿਓ ਦੇ ਨਾਲ ਕੁੱਤੇ ਦਾ ਕੀ ਪਤਾ ਕਿਹੜੇ ਵਾਲੇ ਮੁੱਕਰ ਜੇ ਹਾਂ ਜੀ ਮੇਰੇ ਵਧੀਆ ਦਬਾਉ ਲੈ ਇੰਦੋ ਚੱਕਰ ਚੰਗਾ ਨਾ ਵਧੀਆ ਦਬਾਉ ਪੂਰਾ ਉਹ ਦਬਾਉ ਜਿਹੜਾ 185,000 ਦਾ ਹਾਂ ਜਿਹੜਾ ਬੜਾ ਅੱਕੇ ਪਾਉਂਦਾ ਹੁੰਦਾ ਹਾਂ ਬੇਬੇ ਆ ਗਿਆ ਮੈਂ ਕਹਿ ਰੋਦੀ ਕਰ ਠੀਕ ਹੈ ਆਉਂਦਾ ਹੈ ਨਾ ਡੱਬਾ ਲੱਡੂਆਂ ਦਾ ਫੜੀ ਕਿ ਮੱਥਾ ਟੇਕਣ ਦਾ ਹਾਂ ਚੱਲ ਠੀਕ ਹੈ ਮੈਂ ਕੱਪੜੇ ਧੋ ਲੈ ਚੱਕ ਹਾਂ ਮੜਾ ਕਹਿ ਦੀ ਜਾਂਗਾ ਹਾਂ ਬਸ ਠੀਕ ਹੈ ਮੈਂ ਕਰ ਤੂੰ ਮੋਟਰਸਾਈਕਲ ਆ ਚੁੱਕੇ ਆ ਨਾਲ ਹੀ ਜਾ ਬਣੋ ਦੇ ਮੈਂ ਠੀਕ ਹਾਂ ਮੈਂ ਕੱਪ ਤਿਆਰ ਹੋ ਯਾਰ ਸਾਲਾ ਇਦੋਂ ਵਜੇ ਦਾ ਬੰਦਾ ਝੋਟਾ ਬਾਹਰ ਲੈ ਬਾਪੂ ਚੱਲੀਏ ਫਿਰ ਤੇ ਮੈਂ ਕਹਿੰਦਾ ਸੀਗਾ ਪੈਸੇ ਇੱਥੇ ਕੀ ਸੁਣਦੇ ਨੇ ਗੱਲ ਸੁਣ ਸੈਂਟੀ ਦੇ ਬਾਪੂ ਮੈਂ ਐ ਕਹਿਣੀ ਰੋਜ਼ ਰੋਜ਼ ਸੰਤ ਬਣਦੇ ਨੀ ਹੈਗੇ ਹੁਣ ਭਾਵੇਂ ਦੋ ਪੈਸੇ ਵੱਧ ਲਾ ਦੀ ਚੀਜ਼ ਵਧੀਆ ਲੈ ਕੇ ਆਇਓ ਘਰੇ ਮੇਰੇ ਕੰਨੇ ਤੋਂ ਚਾਹੇ ਸਾਰੀ ਖਰੀਦ ਲਿਆਵੇ ਉੱਥੇ ਜਾ ਕੇ ਸ਼ੋਰੂਮ ਹਾਂ ਚੱਲ ਠੀਕ ਹੈ ਧਿਆਨ ਨਾਲ ਜਾਇਓ ਠੀਕ ਹੈ ਹਾਂ ਮੈਂ ਲਾਇਆ ਵੀ ਪਾ ਕੇ ਲਿਆਉਂਦਾ ਮੈਂ ਜੋ ਮਰਜ਼ੀ ਕਰਾ ਲਾ ਪੁੱਤ ਮੇਰੇ ਚੱਲ ਠੀਕ ਹੈ ਪੁੱਤ ਮੈਂ ਕੰਮ ਕਰਦੀ ਹਾਂ ਕੋਈ ਚੰਗਾ ਧਿਆਨ ਨਾਲ ਜਾਇਓ ਬਾਪੂ ਮੈਂ ਤੈਨੂੰ ਐ ਕਹਿੰਦਾ ਦੀ ਹਾਂ ਮੈਂ ਇਹਨੂੰ ਵੀ ਵਿੱਚ ਵੇਚ ਹੀ ਆਵਾਂਗੇ ਇਹਨੂੰ ਹੀ ਕਰਾਉਣਾ ਆਪਾਂ ਉਹ ਇਹਨੂੰ ਮੇਰੇ ਜੋਗਾ ਰਹਿ ਜਾਣ ਦੇ ਉਹ ਤੇਰਾ ਝੋਟਾ ਜਾਂ ਮੈਥੋਂ ਨਹੀਂ ਚੱਲਣਾ ਚੱਲ ਇਹ ਵੀ ਠੀਕ ਆ ਚੱਲ ਕੋਈ ਨਾ ਮੁੰਡੇ ਦੀ ਰੀਝ ਪੂਰੀ ਹੋ ਗਈ ਦੋ ਕਿੱਲਿਆਂ ਦੀ ਫਸਲ ਲਵਾਤੀ ਚੱਲ ਕੋਈ ਨਾ ਫਸਲ ਤਾਂ ਜੱਟ ਦੀ ਜ਼ਮੀਨ ਹੁੰਦੀ ਆ ਆਪੀ ਬਣਦੀਆਂ ਰਹਿੰਦੀਆਂ झोटे कुत्ते भरा होना दस हजार रुपये लवाता चल कोई डर नहीं तुम मरू मरू करी जा करो हां पता नहीं कितने रह गया ਲਓ ਆ ਗਿਆ ਤੇਰਾ ਲੜਕਾ ਦੁੱਬ ਦੁੱਬ ਕਰਦਾ ਹੁੰਦਾ
ਬਾੜੀ ਨੂੰ ਤੇਲ ਲੈ ਕੇ ਆਉਣੀ ਆ। ਨੀ ਮੈਂ ਮਾਜਿਆ ਨਹੀਂ ਕੀ ਸਾਡੇ ਨੀ ਮੇਰਾ ਪੁੱਤ ਮੋਟਰਸਾਈਕਲ ਲਿਆਇਆ ਭਾਈ ਫੇਸਬੁੱਕ ਤੇ ਪਾਦੀ ਚੰਗੇ ਪੁੱਤ ਮੈਂ ਇਹਨਾਂ ਰੋਟੀ ਮਾਨ ਵਟਾ ਰਿਹਾ ਉਹ ਫੇਸਬੁੱਕ ਕਰ ਦੇ ਚੱਲ ਫਿਰ ਮੈਂ ਗੱਲ ਹੁੰਦਾ ਮੇਰੀ ਇੱਕ ਆਪ ਹੋ ਕਿਸੇ ਨੂੰ ਮੰਗਿਆ ਤਾਂ ਕਿਉਂ ਨਹੀਂ ਦੇਣਾ ਜੇ ਉਹ ਕੁਝ ਹੋ ਗਿਆ ਨਾ ਮੈਂ ਪੰਜੀ ਨਹੀਂ ਦਿੰਦਾ ਨਾਲੇ ਤੇਰੇ ਸਿਸਟਰ ਨੂੰ ਓਏ ਯਾਰ ਕੀ ਬਕਰ ਕੀ ਮਿਰਜਾ ਕਾਲਾ ਨਾਮ ਨਹੀਂ ਪੁੱਤ ਤੇਰੇ ਪਿਓ ਦੀ ਗੱਲ ਠੀਕ ਆ ਹਾਂ ਜਮਾਨਾ ਹੈ ਨਹੀਂ ਪਤਾ ਨਹੀਂ ਚੀਜ਼ ਦੀ ਸੰਭਾਲ ਨਹੀਂ ਕਰਦੇ ਫੜਾਈ ਨਾ ਕਿਸੇ ਨੂੰ ਇੱਥੇ ਪਾ ਕੇ ਕੱਪੜਾ ਅੰਦਰ ਖੜਾ ਦੇ ਨਾ ਮੈਂ ਜਾ ਕੇ ਆਉਂਗਾ ਹਣਾ ਉਹਨਾਂ ਦਿਖਾ ਕੇ ਵੀ ਆਉਣਾ ਦੂਜਾ ਲੈ ਜਾ ਨਾ ਇੱਥੇ ਹੀ ਆਉਂ ਉਹ ਤੇਰੇ ਵਾਸਤੇ ਆਉਣਾ ਸੈਂਟੀ ਦੇ ਬਾਪੂ ਅੱਜ ਤਾਂ ਤੇਰੇ ਬਾਹਰ ਹੀ ਖੁਸ਼ ਆ ਗਈ ਹਾਂ ਅੱਜ ਤੇ ਗੋਭੀ ਵਾਲੇ ਪਰੌਂਠੇ ਕਹੇ ਉਹ ਵੀ ਬਣਾ ਕੇ ਖਵਾ ਦਿੱਤੇ ਤੈਨੂੰ ਮੇਰਾ ਤਾਂ ਸੈਂਟੀ ਨਾਲ ਵੀ ਵੱਧ ਦਿਲ ਖੁਸ਼ ਹੋਇਆ ਪਿਆ ਮੇਰੇ ਨਾਲ ਲਵੇ ਜੇ ਲੱਗ ਹੋਏ ਉਹ ਹੀ ਮੱਚਿਆ ਹੀ ਰਹਿੰਦਾ ਕਰਦੇ ਅੱਜ ਘਰੇ ਨਵੀਂ ਚੀਜ਼ ਆਈ ਹੈ ਕਿਤੇ ਤਾਂ ਮੂਡ ਖੁਸ਼ ਕਰ ਲਿਆ ਕਰ ਪਤਾ ਨਹੀਂ ਕਿੱਥੇ ਮੇਰੇ ਕਰਮਾਂ 'ਚ ਧਰਿਆ ਪਿਆ ਤੀ ਬੂਝੜ ਬੂਹਾਂ ਜਾ ਹਾਂ ਇਹਨੂੰ ਪਹਿਲਾਂ ਰੁੜਦੇ ਨੂੰ ਰੋਟੀ ਫੜਾ ਦਾ ਮੈਂ ਚੱਤੋ ਪੈਰ ਖੂਨ ਮਚਾਈ ਰੱਖਦਾ ਪਤਾ ਨਹੀਂ ਕੀ ਖਾ ਕੇ ਜੰਮੇ ਬੇ ਮੈਂ ਚੱਲਿਆ ਚੱਲ ਜਾ ਪੁੱਤ ਟਾਈਮ ਨਾਲ ਆ ਜੀ ਘਰੇ ਠੀਕ ਆ ਹਾਂ ਵੀਡੀਓ ਕਰੀ ਜਾਂਦੀ ਆ ਮੈਸੇਜ ਹੋਵੇ ਦਿਖਾਣਾ ਸੈਂਟੀ ਦਾ ਫੋਨ ਹੋਵੇ ਹੈਲੋ ਹਾਂ ਹਾਂ ਸਕੂਲ 'ਚ ਹੀ ਆਗੇ ਸਕੂਲ 'ਚ ਹੀ ਆ ਜਾ ਠੀਕ ਆ ਆਪਣੇ ਡੇਰ ਤੇ ਇੱਥੇ ਨੇ ਫਿਰ ਆ ਜਾ ਆ ਜਾ ਕੀ ਕਹਿੰਦਾ ਬੜਾ ਖੋਜਾ ਹੋਇਆ ਫਿਰਦਾ ਤੀਗਾ ਓਏ ਅੱਛਾ ਕਹਾਂ ਜਲਦੀ ਦੱਸੋ ਕਿੱਥੇ ਤੈਨੂੰ ਮਿਲਣਾ ਹੈ ਤੂੰ ਲੈਂਦਾ ਸਾਨੂੰ ਤਾਂ ਭਰੋਸਾ ਬਾਈ ਤੇਰਾ ਬਾਪੂ ਨੀ ਰੁਪਏ ਲਾਉਣ ਵਾਲਾ ਦੇਖੀ ਜੇ ਮਹੀਨੇ ਤੱਕ ਗੱਡੀ ਵੀ ਆਊਗੀ ਕੋਈ ਉਹਨੂੰ ਤਾਂ ਨੀ ਟੈਗ ਠੁੱਕ ਆ ਗਿਆ ਉਹ ਵੀ ਸਕਾਰਪੀਓ ਤੂੰ ਉਹ ਵੀ ਹਾਂ ਬਾਬੇ ਟੇੜੀ ਹੋਈ ਸਰ ਮੈਂ ਨਹੀਂ ਸੱਚ ਮੰਨਦਾ ਬਾਈ ਮੈਂ ਤਾਂ ਇਹ ਜਿਹੜੀ ਗੱਲ ਕਰੇ ਕਹਿਦਾ ਮੈਂ ਤਾਂ ਕਹੀ ਨਹੀਂ ਤੀ ਹਜੇ ਤੱਕ ਵੀ ਮੈਨੂੰ ਬੋਲਟ ਲੈਣਾ ਗਾ ਮੈਂ ਕਹਿਦਾ ਬੋਲਟ ਲੈਣਾ ਕਹਿੰਦਾ ਕੋਈ ਗੱਲ ਨਹੀਂ ਦਵਾ ਦਿੰਦੇ ਆ ਗੱਡੀ ਗੱਲ ਆਤਨੇ ਗਏ ਦਵਾ ਲਏ ਤੇਰਾ ਬਾਪੂ ਯਾਰ ਇੰਨੇ ਰੁਪਏ ਲਾ ਦੇ ਹੋ ਹੀ ਨਹੀਂ ਸਕਦਾ ਕਿਉਂ ਜਦੋਂ ਅਸੀਂ ਜ਼ਮੀਨ ਲੈ ਸਕਦੇ ਹਾਂ ਰੁਪਏ ਬੋਲਟ ਤੇ ਨਹੀਂ ਲਾ ਸਕਦੇ ਕਮਾ ਕਰਤਾ ਵੈਸੇ ਸੈਂਟੀ ਕਮਾਲ ਗਿਆ ਜਿਵੇਂ ਇੰਨੇ ਤਕੜੇ ਹੋ ਗਏ ਨਾ ਤੇਰਾ ਬਾਪੂ ਤਾਂ ਸਾਈਕਲ ਦੀ ਜਾਂਦਾ ਖੇਤ ਖੂਤ ਵੀ ਉਹਦਾ ਸੌਰੀ ਵੀ ਵਸਤੇ ਜਾਂਦਾ ਤੁਸੀਂ ਮੇਰੇ ਨਾਲ ਗੱਲ ਕਰੋ ਖਸਮੋ ਬਾਪੂ ਨਾਲ ਕੀ ਗੱਲ ਕਰਨੀ ਹੈ ਤੈਨੂੰ ਪਤਾ ਹੀ ਆ ਬਾਈ ਤੈਨੂੰ ਪਤਾ ਹੀ ਆ ਬਾਈ ਤੁਹਾਨੂੰ ਵੀ ਰੱਬ ਵਧਾਵੇ ਬੋਲਟ ਤੋਂ ਤੁਹਾਨੂੰ ਦਬਾਵੇ ਹਾਰ ਲੈ ਜੇ ਕਿਸਮਤ ਚ ਹੋਵੇ ਤੁਹਾਡੀ ਚ ਅਸੀਂ ਤਾਂ ਲਈ ਆਉਣਾ ਬਾਕੀ ਉਦਣ ਮੇਰੇ ਗੱਲ ਦਿਲ ਤੇ ਲੱਗ ਗਈ ਜੇ ਤਾਂ ਬੋਲਟ ਨੂੰ ਜਵਾਬ ਦੇ ਦਿੱਤਾ ਸੀ ਉਹ ਖਸਮਾ ਜੇ ਤੈਨੂੰ ਜਵਾਬ ਦਿੱਤਾ ਸੀ ਤੇ ਰੱਬ ਦਾ ਸੰਦ ਬਣ ਗਿਆ ਜੇ ਸਾਡਾ ਭਾਈ ਆ ਤੈਨੂੰ ਉਦੋਂ ਅਸੀਂ ਜਵਾਬ ਨਹੀਂ ਦਿੱਤਾ ਸੀ ਜੇ ਕਹੇ ਉਹ ਸਾਨੂੰ ਐਂ ਤੇ ਤੂੰ ਘਰੇ ਕਹੇਗਾ ਖਬਰਾਂ ਦਵਾਈ ਦੇ ਆਪਾਂ ਇਕੱਠੇ ਜਾਇਆ ਕਰਾਂਗੇ ਕਾਲਜ ਕੁਲਜ ਇੱਕ ਦੋਨੇ ਹੁਣ ਤੁਸੀਂ ਐਂ ਦੱਸੋ ਪਾਰਟੀ ਸ਼ਾਰਟੀ ਲੈਣੀ ਆ ਕੱਲ ਨੂੰ ਕਰੀਏ ਪਾਰਟੀ ਤਾਂ ਲੈਣੀ ਲੈਣੀ ਆ ਤੈਨੂੰ ਆਪ ਹੀ ਕਹਾਂਗੇ ਪਾਰਟੀ ਤਾਂ ਚੱਲ ਫਿਰ ਪਾਰਟੀ ਅੱਜ ਤਾਂ ਹੁਣ ਸਾਡਾ ਥੋੜਾ ਜਿਹਾ ਖੇਡਣ ਦਾ ਮੂਡ ਜਿਹਾ ਹੋਇਆ ਪਿਆ ਹੈਗਾ ਹਾਂ ਨਾਲੇ ਤੈਨੂੰ ਪਤਾ ਵੀ ਟਾਈਮ ਵੀ ਕੀ ਹੋਗਾ 5:30 ਹੋਣ ਵਾਲੇ ਨੇ ਨੇਰਾ ਹੋ ਜੂ ਨੇਰਾ ਹੋ ਜੂ ਕੱਲ ਨੂੰ ਆਪਾਂ ਕਾਲਜ ਤੋਂ ਆਉਂਦੇ ਹੀ ਖੜਾਂਗੇ ਬਰਗਰ ਬਾਰ ਠੀਕ ਆ ਬਾਕੀ ਇੱਕ ਗੱਲ ਹੈ ਖਸਮ ਜੋ ਸਕੂਲ 'ਚ ਪੜ੍ਹਦੇ ਹੁੰਦੇ ਜਦੋਂ ਸਕੂਲ 'ਚ ਨਹੀਂ ਪੜੇ ਹੈਗੇ ਹੁਣ ਸਾਰਾ ਦਿਨ ਸਕੂਲ 'ਚੋਂ ਹੀ ਨਿਕਲਦੇ ਬਾਬੇ ਸਕੂਲ 'ਚ ਫਾਇਦੀ ਬਹੁਤ ਆ ਉੱਥੇ ਕਬੱਡੀ ਖੇਡਦੇ ਆ ਚੱਲ ਫਿਰ ਆਹ ਦੇਖ ਸਰੀਰ ਦੇਖ ਬਾਈ ਦਾ ਇਹਦਾ ਖੇਡੀ ਖੜਾ ਰੇਡਾ ਪਾਈ ਖੜਾ ਮੈਂ ਤਾਂ ਤੁਹਾਨੂੰ ਦਿਖਾਉਣੀ ਆਇਆ ਸੀਗਾ ਇਹਨੂੰ ਕੋਚ ਨੇ ਵੀ ਕਹਿਤਾ ਸੀ ਹਾਂ ਕਹਿੰਦਾ ਨਾ ਖੇਡਿਆ ਕਰੋ ਮੈਂ ਤਾਂ ਜਾਣਾ ਤੁਹਾਨੂੰ ਦਿਖਾਉਣੀ ਆਇਆ ਸੀ ਪਹਿਲਾਂ ਮੈਂ ਤਾਂ ਚੱਲਿਆ ਓਏ ਅਸੀਂ ਤਾਂ ਹੀ ਕਿਹਾ ਸੀ ਵੀ ਡੇਲੀ ਡੇਲੀ ਮੰਗਦਾ ਬੁਰਾ ਲੱਗਦਾ ਸੀ ਤੈਨੂੰ ਆਪਦਾ ਕਰਕੇ ਕਿਹਾ ਸੀ ਮਹੀਨੇ ਤੱਕ ਉਹ ਤੂੰ ਘੱਟ ਮੰਗਿਆ ਕਰ ਹੁਣ ਓਏ ਜਾਂ ਤੂੰ ਵੀ ਦੱਸ ਵੀ ਕਿਹਾ ਮੰਡਿਓ ਓਏ ਕੱਪੜੇ ਲੈਣਾ ਓਕੇ ਜਾ ਫੁਕਰੇ ਥੋੜੀ ਆ ਭੈਂਦਾ ਯਾਰ ਜਾਂ ਤਾਂ ਹੋਈ ਨੇ
बेबे बेबे हाँ पुत्र मैं मुंडे मोटरसाइकिल दिखाया थी बहुत वधिया गा शाबाशी हाँ मैं तेन ऐ कहता मां पैसे देना दी 1000 रुपया बापू तो मैं ताणी मंगे मैं डांगी ना दे कल पार्टी जी करनी आ अच्छा हाँ नजायज खर्चा ना करी पुत चंगा जे कोई मुड़िया तो मोड़ के ले आई ना कोई ना 100 रुपया तो हो मैं हर दिन कितो दे दा चल जो दुधा दूजी फड़ा के गई कामला तो लेने जो फड़ा के गई तो लैनी आखन तक चल ठीक हूं ऐ कर तू हाथ पला धो के बापू चाह पी ला माड़ा समझा ला कर काम कार दे मत्थे लग जे हुण देखो जी मैं तुहानूं रोज समझाउणी आ हुण कोई दवाई तो है नहीं जे तो घोल के दिमाग च पा जा उहनूं अकल आ जाए भौखियां ने कमाई बेबे मैं चलिया ओ बापू अखां च हवा हवा पैंदी तां ला लैना गा ओ इना जी तू मेरे पुत नूं टोकी जाया कर गल सुन सेंटी टाइम नाल आ जी पुत घरे बेबे मैं तेरे टाइम टूम नाल आ जांदा हैगा देख ला किवें बोलदा ना पुत तेरे प्यो नाल सिद्धे मत्थे गल करया कर मूंह तां देख ला किवें बना लिया जान भी नहीं दिंदा हैगा कितने चल कोई ना पार्टी आपकी टाइम के टाइम करे आज पुत तेन पता पुत जमाना नहीं है हूं आया बाहर तुरना फिरना कोई ना देखूंगा बेला का बेला होंगे फोन कर दी मेनू बेबे मैं लेटी चल ठीक है पुत्र मैं आप ही सामने तेरे की हो गया अज पवाए तेल भैन अगे जिन्ने रुपया टैंकी फुल हो जाती अद्धी हुई उन्हें 90-92 हो गया और यार तेल महंगा ही बड़ा हुई जाता सोनू की है महंगे तेलों का बल्टीना है पर वह भी है औखा था छोटे भर के वो आ गए यार अपना बड़ी फुकरी मारता ना वो पी लिया क्या मुंडे क्यों किवें है यार किवें लियांदा फिर है कोई तो पर किन्ने चलिए मैं नी रोटी रोटी खांदा जाके
बाथरूम चादर चौड़ करती मजाक नहीं हूं यार मैं अगे हजा कद कम कर ਬਾਬੇ ਯਾਰ ਕਾਹਨੂੰ ਮਜ਼ਾਕ ਕਰੀ ਜਾਂਦੇ ਹੋ ਵਿੱਕੀ ਉਹ ਸੈਂਟੀ ਇਹੋ ਜਿਹੇ ਕੰਮ ਦੀ ਨਹੀਂ ਤੇ ਹੇੜ ਨਹੀਂ ਹੁੰਦੀ ਉਹਦੀ ਚਾਬੀ ਵੀ ਨਹੀਂ ਮੇਰੇ ਲਵੇ ਤਾਂ ਭਾਈ ਯਾਰ ਬਾਬੇ ਬੋਲਟ ਤਾਂ ਫਿਰ ਤੇਰਾ ਤਬਾਊ ਕੋਈ ਹੁਣ ਉਹ ਭਾਈ ਯਾਰ ਮੇਰਾ ਤਾਂ ਬਾਪੂ ਕੁੱਟੂ ਯਾਰ ਇੱਥੇ ਖੜਾ ਕੇ ਕਹਿੰਦੇ ਯਾਰ ਤੇਰਾ ਬਾਪੂ ਤਾਂ ਸਤਰੌਲ ਵੀ ਵਾਲੀ ਫੇਰੂਗਾ ਉਹਦਾ ਸੁਭਾਈ ਵਾਲਾ ਕਬੜਾ ਓ ਯਾਰ ਬਾਬੇ ਮੈਂ ਘਰੇ ਕੀ ਕਹੂੰ ਯਾਰ ਘਰੇ ਜਾਈ ਨਾ ਹੁਣ ਘਰੇ ਤਾਂ ਜਾਣਾ ਪੂ बर्गर साले खड़े भी नहीं हैगे एक उत्तों दी बोला तूआ चाबी बिची रख गया हुण लै गया पकाना कोई चाके हुण तां जाके बेबे दे पैर फड़ने पैणगे नहीं तां बापू छल ला दू सत श्री अकाल भाने थोन भी बधाइया बहुत बहुत हाँ भाने मुंडा था मोटरसाइकिल लैके वाला चांपड़ा फिरदा भाने हाँ चाह ही नहीं होता चक्के जांदा जदों कॉलेज चो भाने हक दा मोटरसाइकिल मैं तो ओदी पतीला चाह दा धर लैनी आ हाँ सुन भी दवावे भाने महाराज हाँ जय जी साडी सुनी रब सब की सुने बे की गल तू ऐ मूंह जिहा लटकाई आउणा सुखा बेबे मैं की गल जी करनी सी तेरे नाल हाँ मुंडे गल बात हो गई चलो ऐ कर हुण गल्लां च मसाल लैणा तैनूं पता नहीं बर्गर वार ते पता सी मैनूं हे सच्चे पातशाह साडा मोटरसाइकिल थिया जे मैं तो मत्था टेकना तेरे गुरुद्वारे दा त्या हां जी भाई किवें सारे होप सो वधिया होवोगे हाँ जी सत श्री अकाल प्यारे दोस्तों मेरे वालों जाने के मनजीत विक्की वालों आप सब नूं बेनती है भी तुसी सेंटी वीके प्रोडक्शन जो चैनल है यूट्यूब सारे जने नूं फॉलो करो सबसक्राइब करो इन्हां दी वीडियोज़ नूं शेयर करो ते वध तो वध प्यार दो जी ते भाई डिस्क्रिप्शन दे विच अपना इंस्टाग्राम पेज दा लिंक आ उहनूं वध तो वध फॉलो करो ते चैनल सबसक्राइब जरूर कर लिओ अपना ते भाई कमेंट करके जरूर दस्सिया करो वीडियो ते मेहनत बहुत लगदी है ते भाई बाकी आपां वीडियो इदां आपणीआं आउंदीआं रहणगीआं ਭਾਈ ਬਹੁਤ ਬਹੁਤ ਧੰਨਵਾਦ ਪਹਿਲਾਂ ਵਾਲੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਲਵ ਯੂ ਆਲ ਨਾਲੇ ਬੈਲ ਆਈਕਨ ਜਰੂਰ ਦਬਾ ਦਿਓ ਜੀ ਲਵ ਯੂ ਆਲ ਫਰੈਂਡਸ